ਨੁਸਰਤ ਸਾਹਿਬ ਨੂੰ ਵੀ ਤੁਸੀਂ ਬਹੁਤ ਸੁਣਿਆ ਹੈ ਨਾ, ਵੀ ਯਮਲਾ ਜੱਟ ਦੇ ਵੀ ਤੁਸੀਂ ਹੈ ਨਾ ਪੈਦਲ ਤੁਰ ਤੁਰ ਕੇ ਕਾਫੀ ਹੈ ਨਾ ਉਹਨਾਂ ਨੂੰ ਸੁਣਿਆ ਹੈਗਾ। ਨੁਸਰਤ ਫਤਿਹ ਅਲੀ ਖਾਨ ਸਾਹਿਬ ਨਾਲ ਵੀ ਮੈਂ ਰਿਹਾ, ਉਹਨਾਂ ਦੇ ਮਿਊਜ਼ਿਕ 'ਚ ਵੀ ਗਾਇਆ, ਉਹਨਾਂ ਦੀ ਸੰਗਤ ਵੀ ਕੀਤੀ, ਸਟੇਜ ਵੀ ਸਾਂਝੀ ਕੀਤੀ। ਪਹਿਲਾਂ ਨਹੀਂ ਸੀ ਕੋਈ ਜ਼ਰੀਆ ਹੁੰਦਾ, ਵਹੀਕਲ ਨਹੀਂ ਸੀ ਹੁੰਦਾ, ਅਤੇ 11 ਨੰਬਰ ਦੀ ਬੱਸ ਤੁਹਾਡੇ ਉਹ ਫਿਰ ਕੰਮ ਵੀ ਆ ਗਿਆ। ਉਹ ਜਿਹੜਾ ਪੈਦਲ ਫਿਰੇ ਆ ਨਾ ਜੀ, ਤਾਂ ਹੁਣ ਡਾਕਟਰ ਕਹਿੰਦੇ ਆ ਨਾ ਭਾਵੇਂ 15 ਮਿੰਟ ਫਿਰੋ, ਅਤੇ ਜਿਹੜਾ ਰੋਜ਼ 30-30 ਮੀਲ ਫਿਰਦਾ ਸੀ ਤਾਂ ਉਹ ਹੁਣ ਕੰਮ ਆ ਗਿਆ, ਥਕੇਵਾਂ ਘੱਟ ਹੁੰਦਾ। ਹਾਂਜੀ, ਉਦੋਂ ਪਹਿਲਾਂ ਨਹੀਂ ਸੀ ਕੋਈ ਜ਼ਰੀਆ ਹੁੰਦਾ, ਵਹੀਕਲ ਨਹੀਂ ਸੀ ਹੁੰਦਾ, ਅਤੇ 11 ਨੰਬਰ ਦੀ ਬੱਸ ਤੁਹਾਡੇ ਉਹ ਫਿਰ ਕੰਮ ਵੀ ਆ ਗਿਆ। ਉਹ ਜਿਹੜਾ ਪੈਦਲ ਫਿਰੇ ਆ ਨਾ ਜੀ, ਤਾਂ ਹੁਣ ਡਾਕਟਰ ਕਹਿੰਦੇ ਆ ਨਾ ਭਾਵੇਂ 15 ਮਿੰਟ ਫਿਰੋ, ਅਤੇ ਜਿਹੜਾ ਰੋਜ਼ 30-30 ਮੀਲ ਫਿਰਦਾ ਸੀ ਤਾਂ ਉਹ ਹੁਣ ਕੰਮ ਆ ਗਿਆ, ਥਕੇਵਾਂ ਘੱਟ ਹੁੰਦਾ। ਦੂਜੀ ਗੱਲ ਇਹ ਹੈ ਕਿ ਕਹਿੰਦੇ ਬਾਬੇ ਵਾਰਿਸ ਸ਼ਾਹ ਨੇ ਲਿਖਿਆ, ਬਾਜ ਮੁਰਸ਼ਦਾਂ ਰਾਹ ਨਹੀਂ ਹੱਥ ਆਉਂਦੇ ਅਤੇ ਦੁੱਧਾਂ ਬਾਜ ਨਹੀਂ ਰਜਦੀ ਖੀਰ ਮੀਆਂ। ਪੈਸੇ ਤਾਂ ਬੰਦਾ ਕਮਾ ਸਕਦਾ, ਭੀੜ ਵੀ ਇਕੱਠੀ ਹੋ ਜਾਂਦੀ, ਡਿਬਡਬੀ ਵਜਾ ਦਿਉ ਨਾ ਜਮੂਰਾ ਆਇਆ ਤਾਂ ਉੱਥੇ ਵੀ ਭੀੜ ਇਕੱਠੀ ਹੋ ਜਾਂਦੀ, ਲੇਕਿਨ ਜੇ ਤੁਸੀਂ ਗੁਰੂ ਤੋਂ ਕਿਸੇ ਮਿਊਜ਼ਿਕ ਦੇ ਮਾਸਟਰ ਤੋਂ ਮੁਰਸ਼ਦ ਦੇ ਮਸੀਕੀ ਕਹਿਣਾ ਚਾਹੀਦਾ ਸਿੱਖ ਕੇ ਆਓਗੇ, ਫਿਰ ਇੱਕ ਤਾਂ ਦੇਰ ਤੱਕ ਜ਼ਿੰਦਾ ਰਹੋਗੇ, ਇੱਕ ਤੁਹਾਨੂੰ ਨਾ ਪੈਸਿਆਂ ਦਾ ਅਤੇ ਉਸ ਸ਼ੋਹਰਤ ਦਾ ਹੁਸਨ ਅਲੱਗ ਹੋਏਗਾ, ਕਿਉਂਕਿ ਤੁਸੀਂ ਰੂਹ ਨੂੰ ਟੱਚ ਕਰਦੇ ਹਾਂ। ਨੁਸਰਤ ਸਾਹਿਬ ਨੂੰ ਵੀ ਤੁਸੀਂ ਬਹੁਤ ਸੁਣਿਆ ਹੈ ਨਾ, ਵੀ ਯਮਲਾ ਜੱਟ ਦੇ ਵੀ ਤੁਸੀਂ ਹੈ ਨਾ ਪੈਦਲ ਤੁਰ ਤੁਰ ਕੇ ਕਾਫੀ ਹੈ ਨਾ ਉਹਨਾਂ ਨੂੰ ਸੁਣਿਆ ਹੈਗਾ। ਨੁਸਰਤ ਫਤਿਹ ਅਲੀ ਖਾਨ ਸਾਹਿਬ ਨਾਲ ਵੀ ਮੈਂ ਰਿਹਾ, ਉਹਨਾਂ ਦੇ ਮਿਊਜ਼ਿਕ 'ਚ ਵੀ ਗਾਇਆ, ਉਹਨਾਂ ਦੀ ਸੰਗਤ ਵੀ ਕੀਤੀ, ਸਟੇਜ ਵੀ ਸਾਂਝੀ ਕੀਤੀ। ਪਹਿਲਾਂ ਨਹੀਂ ਸੀ ਕੋਈ ਜ਼ਰੀਆ ਹੁੰਦਾ, ਵਹੀਕਲ ਨਹੀਂ ਸੀ ਹੁੰਦਾ, ਅਤੇ 11 ਨੰਬਰ ਦੀ ਬੱਸ ਤੁਹਾਡੇ ਉਹ ਫਿਰ ਕੰਮ ਵੀ ਆ ਗਿਆ। ਉਹ ਜਿਹੜਾ ਪੈਦਲ ਫਿਰੇ ਆ ਨਾ ਜੀ, ਤਾਂ ਹੁਣ ਡਾਕਟਰ ਕਹਿੰਦੇ ਆ ਨਾ ਭਾਵੇਂ 15 ਮਿੰਟ ਫਿਰੋ, ਅਤੇ ਜਿਹੜਾ ਰੋਜ਼ 30-30 ਮੀਲ ਫਿਰਦਾ ਸੀ ਤਾਂ ਉਹ ਹੁਣ ਕੰਮ ਆ ਗਿਆ, ਥਕੇਵਾਂ ਘੱਟ ਹੁੰਦਾ। ਹਾਂਜੀ, ਉਦੋਂ ਪਹਿਲਾਂ ਨਹੀਂ ਸੀ ਕੋਈ ਜ਼ਰੀਆ ਹੁੰਦਾ, ਵਹੀਕਲ ਨਹੀਂ ਸੀ ਹੁੰਦਾ, ਅਤੇ 11 ਨੰਬਰ ਦੀ ਬੱਸ ਤੁਹਾਡੇ ਉਹ ਫਿਰ ਕੰਮ ਵੀ ਆ ਗਿਆ। ਉਹ ਜਿਹੜਾ ਪੈਦਲ ਫਿਰੇ ਆ ਨਾ ਜੀ, ਤਾਂ ਹੁਣ ਡਾਕਟਰ ਕਹਿੰਦੇ ਆ ਨਾ ਭਾਵੇਂ 15 ਮਿੰਟ ਫਿਰੋ, ਅਤੇ ਜਿਹੜਾ ਰੋਜ਼ 30-30 ਮੀਲ ਫਿਰਦਾ ਸੀ ਤਾਂ ਉਹ ਹੁਣ ਕੰਮ ਆ ਗਿਆ, ਥਕੇਵਾਂ ਘੱਟ ਹੁੰਦਾ। ਦੂਜੀ ਗੱਲ ਇਹ ਹੈ ਕਿ ਕਹਿੰਦੇ ਬਾਬੇ ਵਾਰਿਸ ਸ਼ਾਹ ਨੇ ਲਿਖਿਆ, ਬਾਜ ਮੁਰਸ਼ਦਾਂ ਰਾਹ ਨਹੀਂ ਹੱਥ ਆਉਂਦੇ ਅਤੇ ਦੁੱਧਾਂ ਬਾਜ ਨਹੀਂ ਰਜਦੀ ਖੀਰ ਮੀਆਂ। ਪੈਸੇ ਤਾਂ ਬੰਦਾ ਕਮਾ ਸਕਦਾ, ਭੀੜ ਵੀ ਇਕੱਠੀ ਹੋ ਜਾਂਦੀ, ਡਿਬਡਬੀ ਵਜਾ ਦਿਉ ਨਾ ਜਮੂਰਾ ਆਇਆ ਤਾਂ ਉੱਥੇ ਵੀ ਭੀੜ ਇਕੱਠੀ ਹੋ ਜਾਂਦੀ, ਲੇਕਿਨ ਜੇ ਤੁਸੀਂ ਗੁਰੂ ਤੋਂ ਕਿਸੇ ਮਿਊਜ਼ਿਕ ਦੇ ਮਾਸਟਰ ਤੋਂ ਮੁਰਸ਼ਦ ਦੇ ਮਸੀਕੀ ਕਹਿਣਾ ਚਾਹੀਦਾ ਸਿੱਖ ਕੇ ਆਓਗੇ, ਫਿਰ ਇੱਕ ਤਾਂ ਦੇਰ ਤੱਕ ਜ਼ਿੰਦਾ ਰਹੋਗੇ, ਇੱਕ ਤੁਹਾਨੂੰ ਨਾ ਪੈਸਿਆਂ ਦਾ ਅਤੇ ਉਸ ਸ਼ੋਹਰਤ ਦਾ ਹੁਸਨ ਅਲੱਗ ਹੋਏਗਾ, ਕਿਉਂਕਿ ਤੁਸੀਂ ਰੂਹ ਨੂੰ ਟੱਚ ਕਰਦੇ ਹਾਂ। ਨੁਸਰਤ ਸਾਹਿਬ ਨੂੰ ਵੀ ਤੁਸੀਂ ਬਹੁਤ ਸੁਣਿਆ ਹੈ ਨਾ, ਵੀ ਯਮਲਾ ਜੱਟ ਦੇ ਵੀ ਤੁਸੀਂ ਹੈ ਨਾ ਪੈਦਲ ਤੁਰ ਤੁਰ ਕੇ ਕਾਫੀ ਹੈ ਨਾ ਉਹਨਾਂ ਨੂੰ ਸੁਣਿਆ ਹੈਗਾ। ਨੁਸਰਤ ਫਤਿਹ ਅਲੀ ਖਾਨ ਸਾਹਿਬ ਨਾਲ ਵੀ ਮੈਂ ਰਿਹਾ, ਉਹਨਾਂ ਦੇ ਮਿਊਜ਼ਿਕ 'ਚ ਵੀ ਗਾਇਆ, ਉਹਨਾਂ ਦੀ ਸੰਗਤ ਵੀ ਕੀਤੀ, ਸਟੇਜ ਵੀ ਸਾਂਝੀ ਕੀਤੀ। ਪਹਿਲਾਂ ਨਹੀਂ ਸੀ ਕੋਈ ਜ਼ਰੀਆ ਹੁੰਦਾ, ਵਹੀਕਲ ਨਹੀਂ ਸੀ ਹੁੰਦਾ, ਅਤੇ 11 ਨੰਬਰ ਦੀ ਬੱਸ ਤੁਹਾਡੇ ਉਹ ਫਿਰ ਕੰਮ ਵੀ ਆ ਗਿਆ। ਉਹ ਜਿਹੜਾ ਪੈਦਲ ਫਿਰੇ ਆ ਨਾ ਜੀ, ਤਾਂ ਹੁਣ ਡਾਕਟਰ ਕਹਿੰਦੇ ਆ ਨਾ ਭਾਵੇਂ 15 ਮਿੰਟ ਫਿਰੋ, ਅਤੇ ਜਿਹੜਾ ਰੋਜ਼ 30-30 ਮੀਲ ਫਿਰਦਾ ਸੀ ਤਾਂ ਉਹ ਹੁਣ ਕੰਮ ਆ ਗਿਆ, ਥਕੇਵਾਂ ਘੱਟ ਹੁੰਦਾ। ਹਾਂਜੀ, ਉਦੋਂ ਪਹਿਲਾਂ ਨਹੀਂ ਸੀ ਕੋਈ ਜ਼ਰੀਆ ਹੁੰਦਾ, ਵਹੀਕਲ ਨਹੀਂ ਸੀ ਹੁੰਦਾ, ਅਤੇ 11 ਨੰਬਰ ਦੀ ਬੱਸ ਤੁਹਾਡੇ ਉਹ ਫਿਰ ਕੰਮ ਵੀ ਆ ਗਿਆ। ਉਹ ਜਿਹੜਾ ਪੈਦਲ ਫਿਰੇ ਆ ਨਾ ਜੀ,
ਹੁਣ ਡਾਕਟਰ ਕਹਿੰਦੇ ਆ ਨਾ ਭਾਵੇਂ 15 ਮਿੰਟ ਫਿਰੋ, ਅਤੇ ਜਿਹੜਾ ਰੋਜ਼ 30-30 ਮੀਲ ਫਿਰਦਾ ਸੀ ਤਾਂ ਉਹ ਹੁਣ ਕੰਮ ਆ ਗਿਆ, ਥਕੇਵਾਂ ਘੱਟ ਹੁੰਦਾ। ਦੂਜੀ ਗੱਲ ਇਹ ਆ ਕਿ ਕਹਿੰਦੇ ਬਾਬੇ ਵਾਰਿਸ ਸ਼ਾਹ ਨੇ ਲਿਖਿਆ, ਬਾਜ ਮੁਰਸ਼ਦਾਂ ਰਾਹ ਨਹੀਂ ਹੱਥ ਆਉਂਦੇ ਅਤੇ ਦੁੱਧਾਂ ਬਾਜ ਨਹੀਂ ਰਜਦੀ ਖੀਰ ਮੀਆਂ। ਪੈਸੇ ਤਾਂ ਬੰਦਾ ਕਮਾ ਸਕਦਾ, ਭੀੜ ਵੀ ਇਕੱਠੀ ਹੋ ਜਾਂਦੀ, ਡਿੱਬ ਡਿੱਬੀ ਵਜਾ ਦਿਓ ਨਾ ਜਮੂਰਾ ਆਇਆ ਤਾਂ ਉੱਥੇ ਵੀ ਭੀੜ ਇਕੱਠੀ ਹੋ ਜਾਂਦੀ, ਲੇਕਿਨ ਜੇ ਤੁਸੀਂ ਗੁਰੂ ਤੋਂ ਕਿਸੇ ਮਿਊਜ਼ਿਕ ਦੇ ਮਾਸਟਰ ਤੋਂ ਮੁਰਸ਼ਦ ਦੇ ਮਸੀਕੀ ਕਹਿਣਾ ਚਾਹੀਦਾ ਸਿੱਖ ਕੇ ਆਓਗੇ, ਫਿਰ ਇੱਕ ਤਾਂ ਦੇਰ ਤੱਕ ਜ਼ਿੰਦਾ ਰਹੋਗੇ, ਇੱਕ ਤੁਹਾਨੂੰ ਨਾ ਪੈਸਿਆਂ ਦਾ ਅਤੇ ਉਸ ਸ਼ੋਹਰਤ ਦਾ ਹੁਸਨ ਅਲੱਗ ਹੋਏਗਾ ਕਿਉਂਕਿ ਤੁਸੀਂ ਰੂਹ ਨੂੰ ਟੱਚ ਕਰਦੇ ਆ।